ਸਤਿ ਸ੍ਰੀ ਅਕਾਲ ਜੀ। ਬੈਕ ਟੂ ਬੈਕ ਹੋ ਰਹੀਆਂ ਨਵੀਆਂ ਫਿਲਮਾਂ ਦੀ ਅਨਾਉਂਸਮੈਂਟ ਵਿੱਚੋਂ ਅੱਜ ਇੱਕ ਹੋਰ ਪੰਜਾਬੀ 'ਮਿਊਜ਼ਿਕ ਇੰਡਸਟਰੀ ਦਾ ਸਟਾਰ ਆਪਣੀ ਨਵੀਂ ਫਿਲਮ ਲੈ ਕੇ ਆ ਰਿਹਾ ਹੈ। ਇਹ ਉਹ ਐਕਟਰ ਹੈ ਜਿਸਨੇ ਚੰਨਾ ਮੇਰਿਆ ਫਿਲਮ ਨਾਲ ਬੈਸਟ ਡੈਬਿਊ ਐਕਟਰ ਦਾ ਅਵਾਰਡ ਜਿੱਤਿਆ ਸੀ। ਜਾਣੀ ਕਿ ਅਸੀਂ ਨਿੰਜਾ ਦੀ ਗੱਲ ਕਰ ਰਹੇ ਹਾਂ, ਜੋ ਐਕਟਰ ਅਤੇ ਸਿੰਗਰ ਵੀ ਹਨ। ਨਿੰਜਾ ਆਪਣੀ ਨਵੀਂ ਫਿਲਮ ਗੁੱਡ ਲੱਕ ਜੱਟਾ ਲੈ ਕੇ ਆ ਰਹੇ ਹਨ। ਇਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ ਅਤੇ ਇਸ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ ਹੈ, ਸਤਿ ਸ੍ਰੀ ਅਕਾਲ ਜੀ। ਬਾਬਾ ਜੀ ਦੀ ਕਿਰਪਾ ਨਾਲ ਅਸੀਂ ਆਪ ਦੇ ਬੈਨਰ ਕਰਮਾਂ ਵਾਲਾ ਫਿਲਮਜ਼ ਥੱਲੇ ਪਹਿਲੀ ਫਿਲਮ ਗੁੱਡ ਲੱਕ ਜੱਟਾ ਦਾ ਫਾਸਟ ਲੁੱਕ ਪੋਸਟਰ ਸ਼ੇਅਰ ਕਰ ਰਹੇ ਹਾਂ। ਮੈਨੂੰ ਯਕੀਨ ਹੈ ਕਿ ਤੁਹਾਨੂੰ ਪੋਸਟਰ ਪਸੰਦ ਆਊਗਾ। ਜੇ ਪੋਸਟਰ ਚੰਗਾ ਲੱਗੇ ਤਾਂ ਜ਼ਰੂਰ ਸ਼ੇਅਰ ਕਰਿਓ। ਲਵ ਯੂ ਆਲ। ਪੰਕਜ ਬੱਤਰਾ, ਮਨੀਸ਼ ਸ਼ਾਨੀ, ਉਮੇਸ਼ ਕਰਮਾਵਾਲਾ, ਵਿਕਰਮ ਕੀਪ ਸਪੋਰਟਿੰਗ। ਇਸ ਫਿਲਮ ਨੂੰ ਉਮੇਸ਼ ਕਰਮਾਵਾਲਾ ਪ੍ਰੋਡਿਊਸ ਕਰਨਗੇ। ਇਸ ਫਿਲਮ ਵਿੱਚ ਨਿੰਜਾ ਨਾਲ ਰਵੀਨਾ ਬਾਜਵਾ ਅਤੇ ਇਹਨਾਂ ਤੋਂ ਇਲਾਵਾ ਗੁਰਮੀਤ ਸਾਜਨ, ਸਰਦਾਰ ਸੋਹੀ, ਮੈਗਾ ਸ਼ਰਮਾ, ਨਾਕਿਰਾ ਕੌਰ, ਬਨਿੰਦਰ ਬਣੀ ਅਤੇ ਅਮਰ ਨੂਰੀ ਨਜ਼ਰ ਆਉਣਗੇ। ਇਹ ਫਿਲਮ 14 ਫਰਵਰੀ 2020 ਨੂੰ ਰਿਲੀਜ਼ ਕੀਤੀ ਜਾਏਗੀ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਨਿੰਜਾ ਆਪਣੀ ਦੋ ਹੋਰ ਨਵੀਆਂ ਫਿਲਮਾਂ ਲੈ ਕੇ ਆ ਰਹੇ ਹਨ। ਪਹਿਲੀ ਫਿਲਮ ਦੂਰਬੀਨ ਅਤੇ ਦੂਸਰੀ ਫਿਲਮ ਜ਼ਿੰਦਗੀ ਜ਼ਿੰਦਾਬਾਦ ਹੋਏਗੀ, ਜਿਸ ਦੀ ਜਾਣਕਾਰੀ ਅਸੀਂ ਤੁਹਾਨੂੰ ਪਹਿਲਾਂ ਹੀ ਦੇ ਚੁੱਕੇ ਹਾਂ। ਗੁੱਡ ਲੱਕ ਜੱਟਾ ਫਿਲਮ ਦਾ ਕੌਣ ਕੌਣ ਵੇਟ ਕਰ ਰਿਹਾ ਹੈ? ਨਿੰਜਾ ਦੇ ਜੋ ਵੀ ਫੈਨਸ ਇਸ ਫਿਲਮ ਦਾ ਵੇਟ ਕਰ ਰਹੇ ਹਨ ਤਾਂ ਕਮੈਂਟ ਵਿੱਚ ਇਸ ਫਿਲਮ ਲਈ ਗੁੱਡ ਲੱਕ ਜ਼ਰੂਰ ਲਿਖਣਾ ਅਤੇ ਨਾਲ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਬੈੱਲ ਨੋਟੀਫਿਕੇਸ਼ਨ ਵਾਲਾ ਬਟਨ ਦਬਾਉਣਾ ਨਾ ਭੁੱਲਣਾ, ਤਾਂ ਜੋ ਕਿ ਤੁਹਾਡੇ ਤੱਕ ਹਰ ਇੱਕ ਨਿਊ ਫਿਲਮ ਦੀ ਅਤੇ ਹਰ ਇੱਕ ਨਿਊ ਸੌਂਗ ਦੀ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲਦੀ ਰਹੇ। ਧੰਨਵਾਦ।